ਤੁਸੀਂ ਇਹ ਸੋਹਣਾ ਬੋਲਣ ਵਾਲਾ ਕੱਪ, ਟਾਕਿੰਗ ਕੱਪ, ਇੱਕ ਕਾਗਜ਼ ਦੇ ਕੱਪ, ਕੈਂਚੀ ਅਤੇ ਸਕੈਚ ਪੈੱਨ ਦੇ ਨਾਲ ਬਣਾ ਸਕਦੇ ਹੋ। ਖਰਗੋਸ਼ ਦੇ ਦੋ ਕੰਨ ਕੱਪ ਦੇ ਬਣਾ ਕੇ ਕੈਂਚੀ ਨਾਲ ਕੱਟ ਲਵੋ। ਹੁਣ ਉਸ ਦੇ ਕੋਨੇ ਨੂੰ ਦਬਾ ਲਵੋ। ਇਸ ਨਾਲ ਆਸਾਨੀ ਨਾਲ ਚੈਟਰਬੋਕਸ ਦਾ ਮੂੰਹ ਖੁੱਲ੍ਹ ਸਕਦਾ ਹੈ ਅਤੇ ਬੰਦ ਹੋ ਸਕਦਾ ਹੈ। ਜਿਵੇਂ ਇਹ ਦੇਖ ਰਹੇ ਹੋ, ਕੱਪ ਨੂੰ ਅੱਧਾ ਫੋਲਡ ਕਰਨ ਨਾਲ ਸਾਨੂੰ ਖਰਗੋਸ਼ ਦਾ ਮੂੰਹ ਬਣਿਆ ਦਿਖ ਰਿਹਾ ਹੈ। ਹੁਣ ਇਸ 'ਤੇ ਦੋ ਅੱਖਾਂ ਬਣਾ ਲਓ। ਕਾਲੇ ਪੈੱਨ ਨਾਲ ਆਊਟਲਾਈਨ ਬਣਾ ਲਵੋ। ਹੁਣ ਇਸ ਨੂੰ ਪਿਛਲੇ ਹਿੱਸੇ ਨੂੰ ਫੋਲਡ ਕਰਕੇ ਛੱਡ ਦਵੋ। ਇਸ ਨਾਲ ਲੱਗਦਾ ਹੈ ਜਿਵੇਂ ਖਰਗੋਸ਼ ਦਾ ਮੂੰਹ ਖੁੱਲ੍ਹ ਅਤੇ ਬੰਦ ਹੋ ਰਿਹਾ ਹੈ, ਜਿਵੇਂ ਖਰਗੋਸ਼ ਬੋਲ ਰਿਹਾ ਹੈ। ਇਹ ਇੱਕ ਆਮ ਖਿਡੌਣਾ ਹੈ। ਤੁਸੀਂ ਇਸ ਨੂੰ ਹੋਰ ਸੋਹਣੇ ਰੰਗ ਭਰ ਕੇ ਇੱਕ ਓਪੇਰਾ ਭਾਵ ਕਲਾਕਾਰ ਸਿੰਗਰ ਵੀ ਬਣਾ ਸਕਦੇ ਹੋ ਅਤੇ ਇਹ ਬਹੁਤ ਖੂਬਸੂਰਤ ਲੱਗੇਗਾ।